कट्टे करके लगाया गया है, बहुत कट्टा आंदा है, गले सब दे खराब है, सब बीमार बैठे ने। किदी करके किदा चल रहा है सेलर? हां जी, किस दा शेल्डर है? इंडस्ट्री का सेलर है। सेलर ਨਹੀਂ ਨਾਮ ਦਾ ਨਹੀਂ ਪਤਾ ਹੈ। ਸੇਲਰ ਹੈਗਾ ਸਾਡੇ ਘਰ ਦੇ ਸਾਹਮਣੇ ਕਰਕੇ ਵਿਰੋਧੀ ਦੇ ਧਰਨਾ ਲਗਾਇਆ ਗਿਆ। ਇਹ ਕਿਸ ਬੇਸ ਤੇ ਲਗਾਇਆ ਗਿਆ? ਇੱਥੇ ਸ਼ੈਲਰ ਹੈ ਤੇ ਸ਼ੈਲਰ ਦੀ ਡਸਟ ਸਾਰੇ ਲੋਕਲ ਵਾਸੀਆਂ ਨੂੰ ਇੰਨੀ ਤੰਗ ਕਰਦੀ ਹੈ ਕਿ ਸਾਰੇ ਬਜ਼ੁਰਗ ਬੱਚੇ ਬਿਮਾਰ ਹੋ ਜਾਂਦੇ ਆ। ਸ਼ਾਮ ਨੂੰ ਅਸੀਂ ਸਾਰੇ ਆਪਣੇ ਦਰਵਾਜ਼ੇ ਘਰਾਂ ਦੇ ਬੰਦ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਅੰਦਰ ਰੱਖੀਦਾ ਹੈ ਕਿਉਂਕਿ ਸਭ ਨੂੰ ਰੋਜ਼ ਕੋਈ ਨਾ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ। ਸ਼ੈਲਰ ਵਾਲਿਆਂ ਨੂੰ ਅਸੀਂ ਕਿੰਨੀ ਵਾਰੀ ਬੁਲਾ ਕੇ ਦਿਖਾਇਆ ਵੀ ਦੇਖੋ ਕਿੰਨੀ ਡਸਟ ਆ ਰਹੀ ਹੈ, ਕਿੰਨਾ ਪੋਲੂਸ਼ਨ ਆ ਰਿਹਾ, ਸਾਰੇ ਬਿਮਾਰ ਹੈ, ਤੁਸੀਂ ਇਹਦਾ ਕੋਈ ਹੱਲ ਢੂੰਡੋ। ਤੋ ਹਰ ਵਾਰੀ ਲਾਰਾ ਲਾ ਕੇ ਟੜਕਾ ਕੇ ਤੇ ਦੋ ਇੱਕ ਦੋ ਦਿਨ ਕਰਦੇ ਆ, ਫਿਰ ਉਦਾਂ ਹੀ ਚਲਾ ਦਿੰਦੇ ਆ। ਸ਼ਾਮ ਦੇ ਟਾਈਮ 6-7 ਵਜੇ ਇਸ ਤਰ੍ਹਾਂ ਲੱਗਦਾ ਜਿੱਦਾਂ ਧੁੰਦ ਪਈ ਹੁੰਦੀ ਹੈ, ਸਾਹ ਬੰਦ ਹੁੰਦਾ ਤੇ ਕੈਮਰੇ 'ਚ ਇਸ ਤਰ੍ਹਾਂ ਲੱਗਦਾ ਜਿੱਦਾਂ ਸਨੋ ਉੱਡ ਰਹੀ ਹੁੰਦੀ ਹੈ। ਮਤਲਬ ਸ਼ੈਲਰ ਸਾਨੂੰ ਨਹੀਂ ਪਤਾ ਕਿਹੜਾ ਹੈਗਾ, ਜਿਹੜਾ ਵੀ ਹੈਗਾ ਕਈ ਵਾਰੀ ਉਹ ਆਏ ਆ, ਹੁਣ ਉਹ ਆਏ ਆ, ਕਹਿੰਦੇ ਕੀ ਵਜ੍ਹਾ ਵੀ ਤੁਸੀਂ ਇੱਥੇ ਧਰਨਾ ਲਾਇਆ ਹੋਇਆ। ਉਹ ਇੱਦਾਂ ਅਣਜਾਣ ਹੈ, ਉਹਨਾਂ ਦੀਆਂ ਫੈਮਿਲੀਆਂ 4 ਕੁ ਦਿਨ ਸਾਡੇ ਘਰਾਂ ਵਿੱਚ ਰਹਿਣ, ਫਿਰ ਉਹਨਾਂ ਨੂੰ ਪਤਾ ਲੱਗੇ ਸਾਡੀ ਪ੍ਰੋਬਲਮ ਕੀ ਹੈ। ਅਸੀਂ ਇਹ 2-3 ਸਾਲ ਤੋਂ ਇਹਨਾਂ ਨੂੰ ਬਰਬਲੀ ਕਹਿ ਰਹੇ ਸੀਗੇ, ਇਹਨਾਂ ਨੂੰ ਲਿਜਾ ਕੇ ਵੀ ਪਿੰਡ ਦੀ ਹਾਲਾਤ ਦਿਖਾਏ ਆ, ਸਾਨੂੰ ਹਰੇਕ ਵਾਰੀ ਝੂਠਾ ਸ਼ਵਾਜਨ ਦੇ ਕੇ ਹੀ ਇਹ ਚਲਾਈ ਗਏ ਆ। ਅਸੀਂ ਇਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਆ, ਕੋਈ ਸਾਡੀ ਗੱਲ ਨਹੀਂ ਮੰਨੀ ਗਈ। ਅੱਜ ਅਸੀਂ ਮਜਬੂਰ ਹੋ ਗਏ ਪਿੰਡ ਵਾਲਿਆਂ ਨੇ ਇਹ ਧਰਨਾ ਦਿੱਤਾ ਵਾ। ਅਸੀਂ ਜਿਹੜਾ ਹਰੇਕ ਘਰ ਦਾ ਜੀ ਆ ਜਿਹੜਾ ਰੋਜ਼ ਕੋਈ 500 ਦੀ ਦਵਾਈ ਖਾ ਰਿਹਾ, ਕੋਈ 1000 ਦੀ, ਹਰੇਕ ਬੰਦੇ ਨੂੰ ਸਾਹ ਦੀ ਸ਼ਿਕਾਇਤ ਹੋਈ ਜਾਂਦੀ ਪਈ ਆ। ਇਹ ਦੋਨੇ ਹੀ ਇੱਕ ਨਾਮੀ ਸੇਟਾ, ਇੱਕ ਉਹ ਦੂਜਾ ਆਪਣਾ ਰਜਿੰਦਰ ਘੋੜਾ, ਆਨੰਦ ਰਾਈਸ ਮਿਲ ਤੇ ਰੋੜਾ ਰਾਈਸ ਮਿਲ, ਇਹਨਾਂ ਦੇ ਬਰਕਰਾਰ। ਕਿਸ ਦੇ ਸ਼ਹਿਰ ਦੇ ਉੱਪਰ ਤੁਸੀਂ ਕਾਨੂੰਨੀ ਕੋਈ ਕਾਰਵਾਈ ਜਾਂ ਕਿਸੇ ਇੱਥੇ ਦੇ ਜਿਹੜੇ ਕਿ ਵਿਧਾਇਕ ਆ, MLA ਸਾਹਿਬ? MLA ਸਾਹਿਬ ਨੂੰ ਵੀ ਕਈ ਵਾਰੀ ਕਹਿ ਚੁੱਕੇ ਆ, MLA ਸਾਹਿਬ ਨੂੰ ਵੀ ਕਹਿ ਚੁੱਕੇ ਆ, ਸਾਰਿਆਂ ਨੂੰ ਕਹਿ ਚੁੱਕੇ ਆ। ਇੱਥੋਂ ਦੇ ਵਿਧਾਇਕ ਕਿਹੜੇ ਹੈਗੇ ਨੇ? ਇਸ ਵੇਲੇ ਰਾਣਾ ਗੁਰਜੀਤ ਸਿੰਘ ਹੀ ਆ। ਹਾਂਜੀ, ਇਹ ਕੀ ਕਹਿਣਾ ਚਾਹੋਗੇ ਸਰ ਤੁਸੀਂ? ਇਹ ਤਾਂ ਬਹੁਤ ਬੁਰਾ ਹਾਲ ਆ ਜੀ ਪਿੰਡ ਦਾ। 2 ਸੈਲਰ ਹੈਗੇ ਆ, ਇਹਨਾਂ ਨੂੰ ਮਾਲਕਾਂ ਨੂੰ ਅਸੀਂ ਸੱਦ ਕੇ ਵੀ ਦਿਖਾਉਂਦੇ ਰਹੇ ਹਾਂ, ਬਹੁਤ ਬੁਰਾ ਹਾਲ, ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਬਿਲਕੁਲ ਵੀ। ਸਾਰੀ ਮਿੱਟੀ ਘਟਾ ਇੰਨਾ ਕਿ ਜ਼ਿਆਦਾ ਹੈਗਾ ਵਾ ਕਿ ਲੋਕੀ ਜੀ ਨਹੀਂ ਸਕਦੇ, ਇੱਥੇ ਜੀ ਨਹੀਂ ਸਕਦੇ। ਸਾਈਨ ਹੋਇਆ ਰਾਮਦੇਵ ਰੋਡ ਇੱਕ ਜਿਹੜਾ ਜੀ ਧਰਨਾ ਦਿੱਤਾ ਗਿਆ ਵਾ, ਪਬਲਿਕ ਨੇ ਤੁਹਾਡੇ ਸ਼ੈਲਰ ਦੇ ਮੋਰੇ ਕਿਉਂ ਧਰਨਾ ਦਿੱਤਾ ਗਿਆ? ਇਹ ਤਾਂ ਪਬਲਿਕ ਨੂੰ ਪੁੱਛਿਆ ਜਾ ਸਕਦਾ, ਜੋ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਕੋਈ ਘੱਟੇ ਦੀ ਜਾਂ ਡਸਟ ਦੀ ਪ੍ਰੋਬਲਮ ਆਉਂਦੀ ਆ, ਉਹ ਇਸ ਕਰਕੇ ਵੀ ਹੈਗੀ ਆ। ਉਹ ਜਿੱਦਾਂ ਕੱਲ੍ਹ ਜਾਂ ਪਰਸੋਂ 2 ਦਿਨ ਝੱਖੜ ਬਹੁਤ ਚੱਲਿਆ, ਝੱਖੜ ਚੱਲਣ ਦੇ ਨਾਲ ਜਿਹੜਾ ਘੱਟਾ ਵਾ ਉਹ ਇਹ ਨੀਗਾ ਵੀ ਇਹਨਾਂ ਦੇ ਘਰਾਂ 'ਚ ਵੀ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਗਿਆ ਹੋ ਸਕਦਾ। ਬਾਕੀ ਇਹ ਵੀ ਇਨਸਾਨ ਆ, ਅਸੀਂ ਵੀ ਇਨਸਾਨ ਆ, ਅਗਰ ਜੇ ਇਹਨਾਂ ਨੂੰ ਸਾਡੇ ਤੋਂ ਜਾਂ ਸਾਡੇ ਸ਼ੈਲਰ ਤੋਂ ਕੋਈ ਮੁਸ਼ਕਲ ਆਉਂਦੀ ਆ ਤਾਂ ਅਸੀਂ ਉਹਨੂੰ ਠੀਕ ਕਰਨ ਵਾਸਤੇ ਸਾਨੂੰ ਸੁਝਾਅ ਦੇ ਦੇਣ, ਜੋ ਇਹ ਸੁਝਾਅ ਦੇਣਗੇ ਇਹ ਆਪਣੀ 5 ਮੈਂਬਰੀ ਕਮੇਟੀ ਬਣਾ ਦੇਣ, 10 ਮੈਂਬਰੀ ਕਮੇਟੀ ਬਣਾ ਦੇਣ ਵੀ ਆਹ ਜਿਹੜਾ ਸੁਝਾਅ ਆ ਪੈਸੇ ਸਾਡੇ ਲੱਗਣੇ ਆ, ਅਸੀਂ ਜਿੰਨੇ ਪੈਸੇ ਲੱਗਦੇ ਹੋਣਗੇ ਉਸ ਚੀਜ਼ ਨੂੰ ਠੀਕ ਕਰਾਉਣ ਵਾਸਤੇ, ਅਗਰ ਕੋਈ ਸਾਡੀ ਮਸ਼ੀਨਰੀ ਦਾ ਫਾਲਟ ਆ ਜਾਂ ਕੋਈ ਹੋਰ ਕੋਈ ਇਹਨਾਂ ਨੂੰ ਨਜ਼ਰ ਆਉਂਦਾ ਜਾਂ ਕਿਸੇ ਨੂੰ ਬੁਲਾ ਕੇ ਇਹ ਦਿਖਾ ਦੇਣ, ਸਾਡੀ ਤਸੱਲੀ ਕਰਾ ਦੇਣ, ਅਸੀਂ ਉਹਨੂੰ ਠੀਕ ਕਰਾਉਣ ਲਈ ਤਿਆਰ ਹਾਂ, ਜਿੰਨੇ ਵੀ ਪੈਸੇ ਲੱਗਣ ਅਸੀਂ ਉਹਨੂੰ ਲਾਉਣ ਨੂੰ ਤਿਆਰ ਹਾਂ। ਅਕਸਰ ਉਹ ਵੀ ਇਨਸਾਨ ਆ, ਅਕਸਰ ਅਸੀਂ ਵੀ ਇਨਸਾਨ ਆ। ਪਿਛਲੇ ਥੋੜ੍ਹੇ ਸਮੇਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਇੱਦਾਂ ਦਾ ਡਸਟ ਆਉਂਦੀ ਆ, ਉਸ ਤੋਂ ਬਾਅਦ ਅਸੀਂ ਪਿਛਲੇ ਪਾਸੇ ਚਾਦਰਾਂ ਲਵਾਈਆਂ, ਫਿਰ ਕੋਈ ਉਹਦਾ ਪੋਲਿਊਸ਼ਨ ਦਾ ਸੀਗਾ, ਕੋਈ ਉਹਦੀ ਬੋਟਲ ਕਹਿੰਦੇ ਇੱਥੇ ਲਵਾਓ, ਅਸੀਂ ਉਹ ਬੋਟਲ ਵੀ ਲਵਾ ਦਿੱਤੀ, ਲੇਕਿਨ ਉਸ ਤੋਂ ਉਪਰੰਤ ਵੀ ਫਿਰ ਵੀ ਕੋਈ ਪ੍ਰੋਬਲਮ ਆ ਤੇ ਸਾਨੂੰ ਦੱਸਿਆ ਜਾਵੇ, ਜਾਂ ਇਹਨਾਂ ਨੇ ਜਦੋਂ ਵੀ ਸਾਨੂੰ ਦੱਸਿਆ ਅਸੀਂ ਉਹਦੀ ਅਨਸੁਣਵਾਈ ਕੀਤੀ ਹੋਵੇ, ਅਸੀਂ ਜ਼ਿੰਮੇਵਾਰ ਹਾਂ। ਜਦੋਂ ਵੀ ਇਹ ਸਾਡੇ ਕੋਲ ਆਏ ਆ, ਇਹਨਾਂ ਨੂੰ ਜੀਆਂ ਆਖਿਆ, ਮਤਲਬ ਕਿ ਉਹਦਾ ਕੋਈ ਨਾ ਕੋਈ ਮੁਸ਼ਕਲ ਦਾ ਜੇ ਕੋਈ ਹੱਲ ਵਾ ਤਾਂ ਉਹਦੀ ਕੱਢਣ ਦੀ ਕੋਸ਼ਿਸ਼ ਕੀਤੀ ਆ, ਜੇ ਫਿਰ ਵੀ ਕੋਈ ਮੁਸ਼ਕਲ ਆ ਅਸੀਂ ਉਹ ਫਿਰ ਵੀ ਹੱਲ ਕਰਨ ਨੂੰ ਤਿਆਰ ਹਾਂ। ਪਰ ਪਿੰਡ ਵਾਸੀਆਂ ਦਾ ਇਹ ਕਹਿਣਾ ਹੋਇਆ ਸੀ ਤੇ ਇਹ ਜਿਹੜਾ ਸ਼ੈਲਰ ਆ, ਇਹ ਸ਼ੈਲਰ ਸਨ 75 ਦਾ ਲੱਗਾ, 75 ਦਾ ਇਹ ਸ਼ੈਲਰ ਲੱਗਾ ਵਾ 1975 ਦਾ, ਠੀਕ ਆ। ਅੱਜ ਇਹਨੂੰ ਦੇਖ ਲਓ 25 ਤੇ ਕਿੰਨੇ ਸਾਲ ਹੋ ਗਏ, ਠੀਕ ਆ। ਆਬਾਦੀ ਜਿਹੜੀ ਆ, ਜਦੋਂ ਇਹ ਆਬਾਦੀ ਬਾਅਦ 'ਚ ਆਈ ਆ, ਸ਼ੈਲਰ ਪਹਿਲਾਂ ਲੱਗੇ ਆ, ਲੱਗੀ ਆ, ਪਰ ਫਿਰ ਵੀ ਜੇ ਕੋਈ ਮੁਸ਼ਕਲ ਆ ਤੇ ਭਾਈਚਾਰੇ ਤੌਰ ਤੇ ਅਸੀਂ ਇਹਨਾਂ ਨਾਲ ਬਿਲਕੁਲ ਹੱਲ ਕਰਨ ਨੂੰ ਤਿਆਰ ਆ। ਕੋਈ ਸਾਨੂੰ ਇਦਾਂ ਦੀ ਗੱਲ ਨਹੀਂ ਹੈਗੀ ਵੀ ਅਸੀਂ ਇਹਨਾਂ ਦਾ ਹੱਲ ਨਾ ਕੀਤਾ ਜਾਵੇ, ਪਰ ਇਹ ਸਾਨੂੰ 10 ਦਿਨ 5 ਮੈਂਬਰੀ 10 ਮੈਂਬਰੀ ਕਮੇਟੀ ਬਣਾ ਦੇਣ, ਉਹ 10 ਦਿਨ ਆਹ ਇੱਥੇ ਪ੍ਰੋਬਲਮ ਆ, ਅਸੀਂ ਉਹ ਸੋਲਵ ਕਰਨ ਨੂੰ ਤਿਆਰ ਆ। ਪਿੰਡ ਵਾਲੇ ਵਾਲਿਆਂ ਦਾ ਇਹ ਕਹਿਣਾ ਹੈ ਕਿ ਅਸੀਂ ਕਈ ਵਾਰੀ DC ਸਾਹਿਬ ਨੂੰ ਇੱਥੇ ਦੇ ਜਿਹੜੇ ਕਿ ਮੰਗ ਪੱਤਰ ਦਾ, ਇੱਥੇ ਦੇ ਜਿਹੜੇ ਕਿ ਵਿਧਾਇਕ ਹੈਗੇ ਰਾਣਾ ਗੁਰਜੀਤ ਸਿੰਘ, ਉਹਨਾਂ ਨੂੰ ਵੀ ਕਿਹਾ ਕੋਈ ਸੁਣਵਾਈ ਸਾਡੀ ਕੋਈ, ਸਾਨੂੰ ਨਾ ਕੋਈ ਸਾਨੂੰ ਕੋਈ ਮੰਗ ਪੇਪਰ ਦੇਣ ਦਾ ਪਤਾ,
ना सानू किसी ने यह दसिया। अगर साढ़े को जो आए हैं असं इन्हों पुछ लो भी कभी ना की हो किसी चीज़ तो जा किसी गल तो।